ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਨਾ ਜੀ ਠੀਕ ਠਾਕ ਹੋਸੋ, ਸਾਰੇ ਖੈਰ ਖਰੀਅਤ ਨਾਲ ਹੋਸੋ। ਅੱਛਾ ਜੀ, ਮੇਰਾ ਨਾਂ ਰੂਬ ਹੁਸੈਨ ਹੈ, ਮੇਰੇ ਯੂਟਿਊਬ ਚੈਨਲ ਨਾਂ ਵਿਲੋਗ ਔਨ ਦਾ ਸਟਰੀਟ ਹੈ। ਅੱਛਾ, ਅੱਜ ਮੈਂ ਆਇਆ ਸੀ ਆਪਣੇ ਨਨਿਆਲ, ਅਤੇ ਇੱਥੇ ਹੀ ਹੁਣ ਨਾਸ਼ਤਾ ਵਗੈਰਾ ਕੀਤਾ, ਅਤੇ ਇਹ ਨਾਨਾ ਅਬੂ ਗਾਏ ਵਗੈਰਾ ਖੋਲ੍ਹ ਕੇ ਲੈ ਜਾ ਰਹੇ ਨੇ ਬਾਹਰ ਚਾਰੇ ਵਾਸਤੇ, ਤਾਂ ਉਹ ਚੈੱਕ ਕਰਾਉਣੇ ਦੱਸਾਂਗੇ। ਇਹ ਜੀ ਨਾਨਾ ਅਬੂ, ਇਹ ਗਾਏ ਵਗੈਰਾ। ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ ਨਾਨਾ ਅਬੂ? ਹੋਰ ਸਿਹਤ ਵੀ ਹੈ? ਠੀਕ ਹੈ ਨਾ? ਕਿੱਥੇ ਜਾ ਰਹੇ ਹੋ? ਠੀਕ ਹੋ ਗਿਆ ਜੀ, ਇਹ ਖੋਲੋ ਤੇ ਇਨਸ਼ਾਅੱਲਾ ਚੱਲਨੇ ਆ ਨਾਨਾ ਅਬੂ ਨਾਲ ਹੀ। ਅਸਾਂ ਵੀ ਅੱਜ ਨਾ ਵਿਲੋਗ ਇੱਥੇ ਹੀ ਹੋ ਸੀ ਆਪਣੇ ਨਨਿਆਲ ਹੀ ਸਾਰਾ ਜੀ, ਤੇ ਨਾਨਾ ਅਬੂ ਆਣੇ ਬੁਲਟ ਕੋ ਰੰਗ ਕਰਤਾ ਹੂੰ, ਗਨ ਕੋ ਡਨ ਕਰਤਾ ਹੂੰ, ਲੱਖੋ ਸੀਨਾ ਸੇ ਇੱਕ ਕੋ ਪਸੰਦ ਕਰਤਾ ਹੂੰ। ਇਹ ਵੀ ਸ਼ਕਤੀ ਕਪੂਰ ਹੈ ਪੂਰੇ ਜੀ, ਚੈੱਕ ਕਰੋ ਖੋਲ ਰਹੇ ਨੇ, ਇਹਨਾਂ ਨਾਲ ਹੀ ਤੁਸੀਂ ਵੀ ਲੈ ਕੇ ਚੱਲਣੇ ਆ ਇਨਸ਼ਾਅੱਲਾ। ਅੱਜ ਨਾ ਸਾਰਾ ਵੀ ਲੋਕ ਪੰਜਾਬੀ 'ਚ ਹੋ ਸੀ ਜੀ, ਕਿਉਂਕਿ ਸਾਰਾ ਜਿੱਥੇ ਵੀ ਪੇਂਡੂ ਮਾਹੌਲ ਹੈ, ਅਤੇ ਅੱਜ ਨਾ ਸਾਰਾ ਵੀ ਲੋਕ ਇੱਥੇ ਪੰਜਾਬੀ 'ਚ ਹੋ ਸੀ, ਅਤੇ ਇਨਸ਼ਾਅੱਲਾ ਮਜ਼ਾ ਵੀ ਤੁਸੀਂ ਗਿਆ ਸੀ ਦੋਸਤਾਂ ਕੀ ਹੈ ਜੀ। ਬਸ ਨਾਨਾ ਅਬੂ ਜਾ ਰਹੇ ਹਾਂ, ਅਤੇ ਅਸੀਂ ਵੀ ਇਨਸ਼ਾਅੱਲਾ ਚੱਲਣੇ ਆ ਇਹਨਾਂ ਨਾਲ ਹੀ। ਅੱਛਾ ਜੀ ਦੋਸਤੋ, ਮੈਂ ਆ ਗਿਆ ਸਾਂ ਫਿਰ ਇੱਥੇ ਨਾਨਾ ਅਬੂ ਜ਼ਮੀਨਾਂ 'ਚੋਂ। ਕੱਲ ਇਹਨਾਂ ਜੀ ਜਨਾਬ ਉਹ ਗੰਦਮ ਦੀ ਕਟਾਈ ਕਰਵਾਈ ਹੈ, ਸਫਾਈ ਕਰਵਾਈ ਹੈ, ਅਤੇ ਹੁਣ ਇਹ ਤੂੜੀ ਹੈ ਜੀ, ਇਸ ਤੂੜੀ ਕੀ ਹੁਣ ਘਰ ਉਹਨਾਂ ਨੇ ਲੈ ਕੇ ਜਾ ਸਕਦੇ ਇਨਸ਼ਾਅੱਲਾ, ਉੱਥੇ ਉਹਨਾਂ ਨੇ ਅੱਗੇ ਘਰ ਚੱਲਣੇ ਆ, ਖਾਣਾ ਵਗੈਰਾ ਤਿਆਰ ਹੋ ਸੀ ਤਾਂ ਉਹ ਵੀ ਖਾਣੀ ਆ। ਹਾਂ ਜੀ ਦੋਸਤੋ, ਨਾਨਾ ਅਬੂ ਦੀ ਤੂੜੀ ਛੂੜੀ ਉਹ ਜਿਹੜੀ ਹੈ ਸੀ ਉਹ ਤਰੋੜਿਆਂ 'ਚ ਪਾਈ ਹੈ, ਅਤੇ ਘਰ ਲੈ ਕੇ ਜਾ ਰਹੇ ਨੇ ਹੋਰ ਜਿਹੜੇ ਲੜਕੇ ਸਨ, ਅਤੇ ਮੈਂ ਹੁਣ ਜਾ ਰਿਹਾ ਨਾਨਾ ਅਬੂ ਦੀ ਘਰ ਦੀ ਤਰਫ ਹੀ, ਲੈ ਕੇ ਰੋਟੀ ਵਗੈਰਾ ਉੱਥੇ ਹੀ ਖਾਣੇ ਆ, ਤਾਂ ਇਨਸ਼ਾਅੱਲਾ ਤੁਸਾਂ ਵੀ ਨਾਲ ਲੈ ਕੇ ਚੱਲਣੇ ਆ। ਸੁਨਗੀ ਵੀ ਕਾਲ ਕੀਤੀ ਹੈ, ਉਹ ਵੀ ਉਮੀਦ ਹੈ ਕਿ ਉੱਥੇ ਆ ਜਾਸੀ, ਅਤੇ ਲੱਸੀ ਵਗੈਰਾ ਹੋ ਸੀ, ਮੱਖਣ ਹੋ ਸੀ, ਅਤੇ ਇਨਸ਼ਾਅੱਲਾ ਖਾਣੇ ਆ ਨਾਲ ਅੱਗੇ ਤੁਸਾਂ ਲੈ ਕੇ ਚੱਲਣੇ ਆ। ਅੱਛਾ ਜੀ ਦੋਸਤੋ, ਮੈਂ ਆ ਗਿਆ ਸਾਂ ਨਾਨਾ ਅਬੂ ਨੇ ਘਰ, ਅਤੇ ਹੁਣ ਸੁਣਨਾ ਨਹੀਂ ਤਾਂ ਮਸਬ ਨਹੀਂ ਕਾਲ ਆਈ ਹੈ ਵੀ ਜੀ ਅਸਾਂ ਵੀ ਬਾਹਰ ਆ ਗਏ ਹਾਂ, ਅਤੇ ਚੱਲਣੇ ਆ ਤੱਕਣੇ ਆ ਜੀ ਕਿਸੇ ਨੂੰ ਲੜਕੇ। ਅਜੇ ਤਾਂ ਗਲੀ 'ਚ ਕੋਈ ਵੀ ਨਹੀਂ, ਸ਼ਾਇਦ ਹੋਣਾ ਆਪਣੇ ਪਿਓ ਸਨ, ਅਤੇ ਚੱਲਣੇ ਅੱਗੂ ਨਾ ਕਿ ਪਿੱਕ ਕਰਨੇ ਆ ਜੀ। ਅਤੇ ਹੋਰ ਤੁਸੀਂ ਸੁਣਾਓ, ਸਿਹਤ ਵੀ ਹੈ? ਠੀਕ ਹੈ ਯਾਰਾ ਦੋਸਤੋ, ਸਹੀ ਮੰਨ ਕੇ ਲਾਈਕ ਸਬਸਕ੍ਰਾਈਬ ਕਰੋ, ਅਤੇ ਭਰਾ ਤੁਸਾਂ ਇਹਨਾਂ ਚੈਨਲ ਮੋਨੋਟਾਈਜ਼ ਹੋਵੇ ਅਤੇ ਗਰੋ ਕਰਿਆ ਅੱਗੇ। ਉਹ ਆ ਗਏ ਜੀ ਅਸਨ ਸਾਹਿਬ ਵੀ ਆ ਗਏ ਨਾ, ਮਸਬਾ ਕਿੱਥੇ ਨੇ? ਇਹ ਜੀ ਮਸਬਾ ਵੀ ਆ ਜਾਓ ਜੀ ਸੰਗੀਓ, ਤੁਹਾਨੂੰ ਲੈ ਕੇ ਚੱਲਣੇ ਹਾਂ, ਰੋਟੀ ਵਗੈਰਾ ਖਾਣੇ ਆ, ਅਤੇ ਫਿਰ ਅਗਲੀ ਗੱਪ ਸ਼ੱਪ ਲਾਉਣੇ ਆ ਜੀ। ਅਤੇ ਹੁਣ ਅੰਡੇ ਵਗੈਰਾ ਬਣਾ ਲਏ ਪਏ ਹਾਂ, ਅਤੇ ਚਟਨੀ ਨਾਲ ਪੁਰਸਾਂ ਜੀ, ਫੁੱਲ ਦੇਸੀ ਮਾਹੌਲ ਹੈ ਸੰਗੀਓ, ਫੁੱਲ ਦੇਸੀ ਮਾਹੌਲ। ਅਤੇ ਹੁਣ ਰੋਟੀ ਵਗੈਰਾ ਵੀ ਲਾਸਾਂ ਤੰਦੂਰੀ 'ਤੇ, ਅਤੇ ਮੱਖਣ ਲੱਸੀ ਹੋ ਸੀ ਉਹ ਵੀ ਤੁਹਾਨੂੰ ਤਕਾਸਾਂ ਕਿਸਾਂ ਮੱਖਣ ਕੱਢਦੇ ਨੇ, ਅਤੇ ਕਿਉਂਕਿ ਤੁਹਾਨੂੰ ਤਾਂ ਪਤਾ ਹੀ ਕੋਈ ਨਾ ਹੋ ਸੀ, ਕੁਝਾਂ ਨੂੰ ਲੋਕਾਂ ਨੂੰ ਪਤਾ ਹੋ ਸੀ, ਕੁਝਾਂ ਨੂੰ ਕੋਈ ਨਹੀਂ। ਕਿਉਂ ਅਸਲ ਸਾਹਿਬ ਅੱਜ ਮਾਹੌਲ ਪਸੰਦ ਆ ਸੀ ਕਿ ਨਾ? ਅੱਜ ਫੁੱਲ ਟਾਇਰ ਮਾਹੌਲ ਹੈ ਜੀ, ਪੂਰੇ ਗਰਾਏ ਵਾਲਾ ਮਾਹੌਲ ਹੋ ਰਿਹਾ। ਚੱਸਾਂ ਅਸਲ ਸਰਕਾਰਾਂ, ਚੱਸਾਂ ਚੈੱਕ ਕਰਾਓ ਨਾ ਜੀ ਸੰਗੀਆਂ ਨੂੰ। ਅਤੇ ਹੋਰ ਸੁਣਾਓ, ਅੱਜ ਸੁਬਹੋ ਨੇ ਮੇਰੇ ਨਾਲ ਕੌਣ ਸੋ, ਕਿੱਥੇ ਸੋ? ਪਿਆਰ ਮੁਹੱਬਤ ਸ਼ੁਕਰ ਹੈ ਮੇਰੇ ਨਾਲ ਪਿਆਰ ਮੁਹੱਬਤ ਹੋਇਆ, ਭੈਣ ਮਹਿਨਾ ਕੀਤਾ। ਆਓ ਜੀ ਰੋਟੀਆਂ ਲਾਣੇ ਆ, ਹੁਣ ਚੱਲਣੇ ਆ ਉਧਰ ਵੀ, ਚਟਨੀ ਵਗੈਰਾ ਕੁੱਟ ਲਓ ਯਾਰਾ, ਫਿਰ ਇਨਸ਼ਾਅੱਲਾ ਰੋਟੀਆਂ ਵਗੈਰਾ ਲਾਣੇ ਆ। ਰੋਟੀਆਂ ਛੁੱਟੀਆਂ ਲਾਣੇ ਆ, ਤੇ ਤੁਸੀਂ ਪੂਰਾ ਦੇਸੀ ਮਾਹੌਲ ਦੇਣਾ, ਤਾਂ ਕੋਈ ਵਿਜ਼ਿਟ ਕਰ ਗ੍ਰਾਮ ਆਪਣਾ, ਤੇ ਕਿਹਨਾਂ ਸਾਹ ਰੋਟੀ ਵਗੈਰਾ ਲਾਣੇ, ਉਹ ਤੂੰ ਟੈਸੇ ਵਿੱਚ ਓਏ ਸੀਆ।
ਆਓ ਜੀ, ਰੋਟੀ ਲਾ ਗਈ ਹੈ, ਫੁੱਲ ਮਜ਼ੇ ਲੈਵੋ। ਹੇ ਤੰਦੂਰੀ ਤਾਂ ਕਹੋ ਨਾ ਸਹੀਆਂ ਕਿ ਜੀ ਮੈਨ ਸਾਹਿਬ ਕਿਉਂ ਡਰੇ ਡਰੇ ਰਹਿਣੇ ਹੋ ਹਰ ਵੇਲੇ? ਰੋਟੀ ਵੀ ਸੜ ਗਈ, ਤੱਤ ਵੀ ਸੜ ਗਏ ਏਦਾਂ। ਰੋਟੀ ਸੰਗੀਓ ਲੈਣੀ ਨੀ ਵੀ, ਚਲੋ ਆਓ ਜੀ। ਮਸਤ ਜੋਕ ਮਾਰਾ ਰਿਹਾ, ਹੱਸ ਰਿਹਾ ਹਲਕਾ। ਹਾਂਜੀ ਦੋਸਤੋ, ਹੁਣ ਮੱਖਣ ਵਗੈਰਾ ਕੱਢਣੇ ਪਿਆ ਅਤੇ ਲੱਸੀ ਰਿੜਕਣੇ ਪਿਆ, ਵਿੱਚੋਂ ਮੱਖਣ ਕੱਢ ਸਾ ਇਨਸ਼ਾਲਾ। ਅਤੇ ਤੁਸੀਂ ਜੋ ਮੱਖਣ ਨਾ ਟਿਕਾਣੇ ਆ ਕਿ ਸਾਨੂੰ ਮੱਖਣ ਨਿਕਲਣਾ ਵੈ, ਇਹ ਸਾਰਾ ਮਾਹੌਲ ਹੈ ਪਿੰਡ ਦਾ। ਅਤੇ ਇਹ ਤੱਕੋ ਨਾ ਜੀ, ਮਜ਼ੇ ਆ ਰਹੇ ਨਹੀਂ ਕਿ ਨਹੀਂ? ਚਲੋ ਆਓ ਮੱਖਣ ਵਿੱਚੋਂ ਕੱਢਣੇ ਆ ਜੀ, ਸੰਗਿਓ ਇਹ ਤੱਕੋ ਮੱਖਣ ਨਾਲ ਨਿਕਲ ਆਏ। ਅਤੇ ਇਸ ਕੀ ਲਾਉਣੇ ਆ ਇੱਥੇ, ਇੱਥੇ ਜੀ ਇਹ ਮੱਖਣ ਹੈ। ਵਾਹ ਜੀ ਵਾਹ, ਇਹ ਸ਼ਸ਼ਕੇ ਤੱਕੇ ਨੇ ਕਦੀ, ਇਹ ਸ਼ਸ਼ਕੇ ਤੱਕੋ। ਇਹ ਲੱਸੀ ਵੀ ਪੀਸਾ, ਮੱਖਣ ਵੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਮਜ਼ਾ ਆ ਗਿਆ ਜੀ, ਮਜ਼ਾ ਆ ਗਿਆ ਜੀ। ਅੱਛਾ ਜੀ ਸੰਗਿਓ, ਹੁਣ ਖਾਣਾ ਵਗੈਰਾ ਆ ਗਿਆ ਵੈ, ਤਾਂ ਇਹ ਚੈੱਕ ਕਰੋ ਜੀ, ਮਾਸ਼ਾਅੱਲਾ ਰੋਟੀ ਹੈ ਜੀ, ਚਟਨੀ ਹੈ, ਸਲਾਦ ਹੈ, ਮੱਖਣ ਹੈ। ਤਾਂ ਕਿਆ ਬਾਤ ਹੈ ਸ਼੍ਰੀ ਬਾਈ, ਕਿਆ ਹਾਲ ਹੈ? ਲੱਸੀ ਪਈ ਹੈ ਜੀ, ਪੂਰਾ ਦੇਸੀ ਮਾਹੌਲ ਹੈ ਸਰਕਾਰਾਂ। ਤੇ ਰੋਟੀ ਛੋਟੀ ਖਾਣੇ ਆ, ਤੇ ਫਿਰ ਅੱਗੇ ਤੁਸੀਂ ਲੈ ਕੇ ਚੱਲਣੇ ਆ ਜਿੱਥੇ ਅਸਾਂ ਜਾਣਾ ਹੋਇਆ।
ਤੋਂ ਹੈ, ਖਾਣਾ ਵਗੈਰਾ ਖਾ ਕੇ ਤਾਂ ਹੈ, ਸਾਰੇ ਭਾਈ ਬੈਠੇ ਮੂਵੀ ਇੰਜੋਏ ਕਰ ਰਹੇ ਜੀ। ਅਤੇ ਇਹ ਤੱਕੋ ਨਾ ਫੁੱਲ ਮਾਹੌਲ ਸੋਹਣਾ ਹੋ ਗਿਆ ਮਾਸ਼ਾਅੱਲਾ। ਅਤੇ ਇਨਸ਼ਾਅੱਲਾ ਹੁਣ ਕੱਲ੍ਹ ਸਵਾਂਗੀ ਮਿਲਸਾਂ ਨਈ ਬ੍ਰੈਂਡ ਨਿਊ ਵੀਡੀਓ ਨਾਲ। ਅੱਲਾ ਹਾਫਿਜ਼ ਦਾਦਾ।